ਕਿਸਮ ਦਾ ਰੋਟਾਵੇਟਰ ਵੱਧ ਤੋਂ ਵੱਧ ਪਿਆ ਹੈਗਾ। ਰੋਟਾਵੇਟਰ ਦੀ ਮੈਂ ਵੀਡੀਓ ਬਣਾ ਚੁੱਕਿਆ ਆਇਆ ਵਾਂ, ਤਾਂ ਕਿ ਸਾਡੇ ਅੰਦਰ ਸਟੀਲ ਬਾਡੀ 'ਚ ਰੋਟਾਵੇਟਰ ਅਸੀਂ ਬਣਾ ਦਿੱਤਾ ਹੈ। ਪਲਾਂਟਰ ਪਿਆ ਵਾ, ਇਹਨਾਂ ਮਕਈ ਲਾਓ, ਨਰਮਾ ਲਾਓ, ਹਰ ਚੀਜ਼ ਲਾਓ, ਇਹਨੂੰ ਫਲ ਆ ਕੇ ਵਲੈਤੀ ਲਾ ਦਿੱਤਾ, ਫਲ ਆ ਕੇ ਵਲੈਤੀ ਲਾ ਦਿੱਤਾ, ਅੱਗੇ ਟਿਪ ਲਾ ਤੀ। ਅਕਸਰ ਬੰਦੇ ਨਾ ਜ਼ਿਮੀਦਾਰ ਦਾ ਰੌਲਾ ਰਹਿੰਦਾ, ਪਲਾਂਟਰ ਜਿੰਨਾ ਵੀ ਲੈਂਦੇ ਹਾਂ ਅਸੀਂ ਉਹ ਮਿੱਟੀ ਗੱਠੀ ਕਰਦਾ। ਨਸਰੋਲਾ ਐਗਰੋ ਦਾ ਤਕਰੀਬਨ ਹਰ ਸ਼ਹਿਰ 'ਚ ਪਲੰਟਰ ਚੱਲਦਾ ਹੈ। ਜ਼ਿਮੀਦਾਰ ਇਸੇ ਲਈ ਜ਼ਿਆਦਾ ਪਸੰਦ ਕਰਦਾ ਕਿ ਜਿੱਥੇ ਜੋ ਚੱਲਦਾ ਜਾਂਦਾ, ਜਿੱਥੇ ਜਾ ਕੇ ਰੁਕਦਾ, ਉੱਥੇ ਮਿੱਟੀ ਢੇਰੀ ਨਹੀਂ ਬਣਾਦਾ। ਅਗਰ ਢੇਰੀ ਬਣਾਵੇ ਤਾਂ ਉੱਥੇ ਬੰਨਾ ਬਣਾਵੇ, ਅਸੀਂ ਨਸਰੋਲਾ ਐਗਰੋ ਸਾਰਾ ਆਪਣਾ ਰੈਪਰ ਵਾਪਸ ਲਵੇਗੀ ਪਲੰਟਰ। ਤਾਂ ਕਹਿੰਦੇ ਫਲ ਇੱਦਾਂ ਲਾਤਾ, ਅੱਗੇ ਢਾਲ ਇਸ ਤਰ੍ਹਾਂ ਦੀ ਹੈ, ਲੇਕਿਨ ਮਿੱਟੀ ਢੇਰੀ ਨਹੀਂ ਬਣਾਦਾ। ਫਿਰ ਇਹ ਦੇਖੋ, ਇਹ ਚੀਜ਼ਾਂ ਪਰੇ ਇਹਨਾਂ ਨੂੰ 325 ਤੋਂ ਮੋਟੇ ਪਰੇ ਲਾਏ ਨੇ ਮਿਠਾਈ 'ਚ, ਫਿਰ ਇਹ ਪਰੇ ਇੱਥੇ ਬਰਾਬਰ ਸੀ, ਇਹ ਪਿੱਛੇ ਬਾਹਰ ਲੈਣ ਦੇ। ਜਿਹੜੀਆਂ ਮਸ਼ੀਨਾਂ ਲਾਵਾਂਗੇ ਬੀ ਬਿਲਕੁਲ ਥੱਲੇ ਨੀਵਾਂ ਟੱਕ ਲਾ ਕੇ ਲਾਤਾ, ਨੀਵੀਆਂ ਮਸ਼ੀਨਾਂ ਥੱਲੇ ਬੀ ਲਾਣ, ਜਿੱਥੇ ਲੇਬਰ ਬੀ ਲਾ ਦੀ ਤਕਰੀਬਨ ਉੱਥੇ ਬੀ ਲਾਏਗਾ। ਅੱਛੀਆਂ ਮਸ਼ੀਨਾਂ ਲਾ ਕੇ ਦਿਆਂਗੇ ਇਹਨਾਂ ਨੂੰ। ਅਤੇ ਇਹਦਾ ਰੇਟ ਇਸ ਟਾਈਮ ਹੈਗਾ ਦੇ 360,000 ਰੁਪਇਆ ਰੇਟ ਦੇ। ਅੱਛਾ ਪਲੰਟਰ, ਅੱਛੀਆਂ ਮਸ਼ੀਨਾਂ ਲਾ ਕੇ, ਅਤੇ ਨਾਰਮਲ ਲਓਗੇ ਤਾਂ 350 ਦਾ। ਉਹਦੇ ਮਸ਼ੀਨਾਂ ਹਲਕੀਆਂ ਨੇ, ਲੋਹਾ ਵੀ ਹਲਕਾ, ਇਹਨੂੰ ਚਾਦਰ ਸਾਰੀ 150 ਤੱਕ ਲੱਗੀ ਹੋਈ ਹੈ, ਬਹੁਤ ਸ਼ਾਨਦਾਰ ਬਣੇ ਨੇ। ਅੱਗੇ ਵਰਕਸ਼ਾਪ 'ਚ ਇਸ ਟਾਈਮ ਖੜ੍ਹੇ ਹਾਂ, ਬਗੈਰ ਰੰਗ ਤੋਂ ਹਰ ਤਰ੍ਹਾਂ ਮਸ਼ੀਨਰੀ ਪਈ ਹੈ। ਅੱਗੇ ਲੱਗੇ ਆਓ, ਇਹ ਚੀਜ਼ ਦੇਖੋ, ਇਹ ਵੀ ਪਲੰਟਰ ਹੈ, ਸਾਦਾ ਵਾ। ਬਾਅਦ ਬੰਦੇ ਸਾਦਾ ਪਲੰਟਰ ਮੰਗਦੇ ਨੇ ਸਾਡੇ ਕੋਲੋਂ, ਇਹ ਸਾਦਾ ਪਲੰਟਰ ਹੈਗਾ, ਤਾਂ ਕਿ ਬੈਡ ਸ਼ੇਪਰ ਦੀ ਇਹ ਕੰਮ ਕਰਦਾ, ਕਿਉਂਕਿ ਬੈਡ ਸ਼ੇਪਰ ਹੁਣ ਕੋਈ ਵੀ ਬੰਦਾ ਲੈਂਦਾ, ਕਿ ਉਹ ਜਹਾਜ਼ ਦੇ ਪਰਿਆ ਰੇਜਰ ਜਹਾਜ਼ ਦੇ ਪਰਿਆਂ ਵਾਲਾ ਉਹੀ ਕੰਮ ਕਰਦਾ, ਤਾਂ ਕਿ ਖੇਲ ਬਿਲਕੁਲ ਪ੍ਰੈਸ ਕਰਦਾ ਆਉਂਦਾ। ਬਾਅਦ 'ਚ ਲੇਬਰ ਨਾਲ ਤੁਸੀਂ ਜੋ ਮਰਜ਼ੀ ਇਹਨਾਂ ਲਾ ਸਕਦੇ ਹੋ। ਇਸੇ ਤਰ੍ਹਾਂ ਅੱਗੇ ਡਿਕਸ ਵੇਖੋ ਨਾ, ਬਣੀ ਪਈ ਹੈ। ਇਹ ਉਮਰ ਦਾ ਥਾਲੀ ਲੱਗੀ ਹੈ, ਇਹ ਦੇਖੋ, ਇਹ ਉਮਰ ਸਟੈਂਪ ਲੱਗਿਆ, ਉਮਰ ਦਾ ਡਿਕਸ ਲੱਗਾ ਆ, ਡਬਲ ਡਬਲ, ਇੱਕ ਨਾ ਟਹਿ ਲੱਗਾ, ਇੱਕ ਨਾ ਡਬਲ, ਨਾ ਚੱਕ ਨਾ ਲੱਗੇ, ਬਾਰ ਬਾਰ ਖੁੱਲੇ ਨਾ, ਤਾਂ ਕਿ ਜ਼ਿਮੀਦਾਰ ਨੂੰ ਪਰੇਸ਼ਾਨੀ ਨਾ ਹੋਵੇ। ਡਬਲ ਬੈਰੰਗ ਪਾਏ ਨੇ, ਭਾਰਾ ਮਾਲ ਲੱਗਾ, ਕਬਜ਼ਾ 3 ਇੰਚੀ ਦਾ ਲੱਗਾ ਹੋਇਆ। ਫਿਰ ਇਹ ਜਿੰਨੀਆਂ ਪਲੇਟਾਂ ਨੇ, 650 ਮੋਟਾ ਹੈ ਮਾਲ ਲੱਗਾ ਹੈ ਸਾਰਾ, ਇਹ ਵੀ 650 ਆ, ਅੱਬਾ ਨੂੰ 650 ਆ, ਸਭ ਅੱਛਾ ਰੋਲਾ, ਅੱਛਾ ਕਟਰ, ਹਰ ਚੀਜ਼ ਲੱਗੀ ਹੋਈ ਹੈ ਇਸ ਟਾਈਮ। ਟਾਇਰ ਲਾ ਕੇ ਅਤੇ 560,000 ਰੁਪਇਆ ਦਾ ਡਿਕਸ ਦਾ ਰੇਟ ਦੇ, 18 ਤਵੇ ਅਤੇ 24 ਇੰਚੀ ਦਾ ਤਵਾ ਪਾ ਕੇ। ਇਸੇ ਤਰ੍ਹਾਂ ਪਿਛਾਂ ਮਾੜੇ ਭੋਗ ਕੇ ਦੇਖੋਗੇ, ਇਹ ਦੇਖੋ, ਇਹ ਡਿਕਸ ਤਿਆਰ, ਇਹ ਵੀ ਰੰਗ ਹੋਈ ਪਈ ਡਿਕਸ, ਇਹਦੇ ਪਿਛਲੇ ਪਾਸੇ ਡਿਕਸ ਸਾਡੇ ਕੋਲ ਇਸ ਟਾਈਮ, ਉਹ ਪਿੱਛੇ ਪਈ ਡਿਕਸ, ਉਹਨੂੰ 26 ਇੰਚੀ ਦਾ ਤਵਾ ਲੱਗਾ ਹੈ, ਠੀਕ ਹੈ, 18 ਤਵੇ ਆ। ਇਹ ਬੈਕ ਸਾਈਡ 'ਤੇ ਪਈ ਆ ਡਿਕਸ, ਉਹਨੂੰ ਦਿਖਾਓ ਮਾੜਾ, ਕੈਮਰਾ ਮਾਰੋ। ਉਮਰ ਦਾ ਤਵਾ 26 ਇੰਚੀ ਦਾ ਤਵਾ ਲੱਗਾ ਹੋਇਆ ਉਹਦੇ ਵਿੱਚ, ਅਤੇ ਉਹਦਾ 60,000 ਰੁਪਇਆ ਰੇਟ ਜ਼ਿਆਦਾ ਵਾ, ਉਹ ਤੁਹਾਨੂੰ ਮਿਲਣੀ ਹੈ 6,20,000 ਰੁਪਏ ਦਾ ਸੈੱਟ ਪਿਆ ਦੇ। ਇਹਨੂੰ ਤੋਂ ਅੱਗੇ ਲੱਗੇ ਹੋਗੇ, ਅੱਗੇ 20 ਤਵੇ ਡਿਕਸ ਵੀ ਲੱਗੀ ਹੋਈ ਸਾਡੇ ਕੋਲ। ਤਾਂ ਇਸ ਟਾਈਮ ਇਹ ਡਿਕਸ ਵੇਖੋ, 26 ਇੰਚੀ ਦਾ ਤਵਾ ਉਮਰ ਵਾਲਿਆਂ ਦਾ, ਅਤੇ 20 ਤਵੇ ਦੀ ਡਿਕਸ ਪਈ ਹੈ ਇਸ ਟਾਈਮ, 20 ਤਵੇ ਦਾ ਡਿਕਸ ਲੱਗਾ ਆ, 26 ਦਾ ਤਵਾ ਲਾ ਕੇ, ਅਤੇ 6,75,000 ਦਾ ਡਿਕਸ ਦਾ ਪਿਆ, ਟਾਇਰ ਲਾ ਕੇ, ਹਰ ਤਰ੍ਹਾਂ ਦੀ ਮਸ਼ੀਨਰੀ ਲੱਗੀ ਆ, ਰੇਜਰ ਪਏ ਨੇ, ਅੱਗੇ ਆ ਜਾਓ ਇੱਧਰ, ਇਹ ਰੇਜਰ ਪਿਆ ਭਾਈ। ਆਲੂ ਲਾਓ, ਮੱਕੀ ਲਾਓ, ਕਮਾਲ ਲਾਓ, ਹਰ ਕਿਸਮ ਦੀ ਫਸਲ ਲਾਉਂਦਾ, ਠੀਕ ਹੈ, ਇਹ ਵੀ ਪਿਆ ਵਾ, ਇਹ 1.5 ਲੱਖ ਰੁਪਏ ਦਾ, ਬਗੈਰ ਤਵੇ ਤਵਾ ਲਾ ਕੇ 1,75,000 ਰੁਪਏ ਦਾ। ਇਹ 7 ਫਲਾ ਚੇਦਲ ਪਿਆ ਦੇ, 7 ਫਲਾ ਚੇਦਲ ਇਸ ਟਾਈਮ ਤਿਆਰ ਪਿਆ ਵਾ, 1,75,000 ਰੁਪਏ ਦਾ। ਹਾਂਜੀ, ਹਰ ਚੀਜ਼ ਰੰਗ ਕਰਕੇ, ਰੰਗ ਤੋਂ ਬਗੈਰ ਅੱਛੀ ਮਸ਼ੀਨ ਦੀ ਦਿਖਾ ਰਹੇ, ਕੋਈ ਕੱਚਾ ਪੇੜ ਲਾ ਦੀਦਾ, ਸੰਗ ਵਗੈਰਾ ਨਾ ਲੱਗੇ, ਅਸੀਂ ਰੰਗ ਕਰਕੇ, ਪੇਂਟ ਕਰਕੇ, ਮੋਨੋਗ੍ਰਾਮ ਲਾ ਕੇ, ਹਰ ਚੀਜ਼ ਚਾਲੂ ਕਰਕੇ ਦਿਆਂਗੇ ਇਨਸ਼ਾਅੱਲਾ ਤਾਲਾ। ਇਹ ਸਿਰਫ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਅੰਦਰ ਕਿ ਹਰ ਚੀਜ਼ ਹੈ। 1,75,000 ਰੁਪਏ ਦਾ ਚੇਦਲ ਪਿਆ ਦੇ, 8 ਫੁੱਟ ਫਰੇਮ, 1.5 ਇੰਚੀ ਦਾ ਕੁੜ ਲੱਗਾ ਹੋਇਆ, 7 ਫਲ ਚੇਦਲ ਹੈਗਾ, ਤੇ ਜ਼ਮੀਨ ਦਾ ਕੜ ਤੋੜਨ ਵਾਸਤੇ ਫਲਿਆਂ ਨੂੰ ਵੀ ਥੱਲੇ ਪੱਟੀ ਲਾ ਕੇ ਉੱਤੇ ਫਲੇ ਵੈਲਡ ਕੀਤੇ ਨੇ, ਤਾਂ ਕਿ ਉੱਤੇ ਕੋੜ ਦੇ ਰੱਖ ਕੇ ਵੈਲਡ ਨਹੀਂ ਕੀਤਾ। ਇਹਦੇ ਬੈਕ ਸਾਈਡ ਤੇ ਇਹ ਬੰਨੂ ਪਿਆ ਵਾ, ਇਹਨਾਂ ਖਾਲੇ ਬਣਾ ਲਓ, ਬੰਨੇ ਬਣਾ ਲਓ, ਦੋਵੇਂ ਕੰਮ ਕਰੇਗਾ। 6 ਫੁੱਟ ਫਰੇਮ ਸਾਈਡ ਤੇ, ਬਿਲਕੁਲ ਇੱਥੇ ਪਰਾ ਲਾ ਕੇ ਬੰਨੇ ਨੂੰ ਮਿੱਟੀ ਵੀ ਚਾੜ ਲੈਂਦੇ ਨੇ ਲੋਕ,
ਇਹਦੇ ਨਾਲ ਤੇ 85,000 ਰੁਪਏ ਦਾ ਬੰਨੂ ਦੇ ਖਾਲ ਵੀ ਬਣਾਏਗਾ ਤੇ ਬੰਨੇ ਵੀ ਬਣਾਏਗਾ। ਇਸੇ ਤਰ੍ਹਾਂ ਇਹਨੂੰ 30 ਰਾਡ ਬੋਲਦੇ ਆ, ਖਾਲੂ ਵੀ ਬੋਲਦੇ ਆ, 30 ਰਾਡ ਬੋਲਦੇ। ਇੱਧਰ 28 ਇੰਚੀ ਦੇ 2 ਡਿਕਸਾਂ ਲੱਗ ਜਾਣਗੀਆਂ, ਤਵੇ ਲੱਗ ਜਾਣਗੇ 28 ਇੰਚੀ ਦੇ। ਇੱਧਰ ਉੱਧਰ 28 ਇੰਚੀ ਦਾ ਤਵਾ ਲੱਗ ਜਾਏਗਾ, ਵਿੱਚ ਬੰਨੂ ਹੈ। ਇੱਕੋ ਵਾਰੀ ਪੂਰਾ ਖਾਲਾ ਤਿਆਰ ਕਰਦਾ, ਆਲੂਆਂ ਦੀ ਖੇਲ ਇੱਕੋ ਵਾਰੀ ਵਿੱਚ ਖਾਲਾ ਪਾ ਦਿੰਦਾ, ਨਾਲੇ ਉਹਦੇ ਵਿੱਚ ਮਕਈ ਦੇ ਖਾਲਾ ਪਾਉਣਾ। ਇੱਕੋ ਦੀ 30 ਰਾਡ ਛੋਟੀ ਖਾਲੀ ਪਾਣੀ ਵਾਸਤੇ ਤਿਆਰ ਕਰ ਦਿੰਦਾ। ਇਸੇ ਤਰ੍ਹਾਂ ਇਹ ਪਿੱਛੇ ਬਾਰਡਰ ਡਿਕਸ ਪਿਆ ਦੇ, ਇਹਦੇ ਨਾਲ 2 ਤਵੇ ਕਾਸੇ ਜਾਣਗੇ 26 ਇੰਚੀ ਦੇ। ਇਹ ਵੱਡਾ ਤਵਾ ਬੰਨੂ ਬਣਾ ਦਿੰਦਾ ਤਾਂ ਕਿ ਮੁੰਜੀ ਲੱਗਣੀ ਹੈ ਨਾ ਉੱਧਰ, ਵਾਟਰ ਸਿਆਲਕੋਟ ਗੁਜਰਾਂ ਵਾਲਾ ਇੱਧਰ ਸਾਈਡ 'ਤੇ ਨਾ ਨਨਕਾਣੇ ਸਾਈਡ 'ਤੇ, ਇਹ ਮੁੰਜੀ ਲਾਉਂਦੇ ਨੇ ਅਤੇ ਖਾਲੀ ਬਣਾ ਦਿੰਦੇ ਇਹਦੇ ਨਾਲ, ਤਾਂ ਕਿ ਤਗੜਾ ਬੰਨਾ ਪੈ ਜਾਂਦਾ ਵਾ, ਮੋਟਾ ਬੰਨਾ ਪੈ ਜਾਂਦਾ ਤਾਂ ਕਿ ਵਾਰ ਵਾਰ ਟੁੱਟਦਾ ਨਹੀਂ, ਕਿਉਂਕਿ ਮੁੰਜੀ ਵਿੱਚ ਪਾਣੀ ਕਾਫੀ ਪਾਉਣਾ ਪੈਂਦਾ। 2 ਤਵੇਲਾ ਇਹਨੂੰ ਬੰਨੂ ਵੀ ਬੋਲ ਲੈਂਦੇ ਨੇ ਤਵਿਆਂ ਵਾਲਾ। ਇਹਦਾ ਨਾਮ ਬਾਰਡਰ ਡਿਕਸ ਹੈਗਾ ਇਸ ਟਾਈਮ ਮੌਜੂਦਾ ਰੇਟ ਦਾ। ਇਹਦਾ ਰੇਟ ਹੈਗਾ ਦੇ 1,15,000 ਰੁਪਇਆ ਦਾ ਰੇਟ ਦੇ ਇਸ ਟਾਈਮ। ਇੱਕ ਇਹ ਪਿੱਛੇ ਪਿਆ ਬੰਨੂ ਪਿਆ, ਬਹੁਤ ਥੋੜ੍ਹਾ ਹੈਵੀ ਕਰ ਦਿੱਤਾ ਵਾ, ਕਿਉਂਕਿ ਕੁਛ ਜ਼ਿਮੀਦਾਰ ਵੱਡੇ ਟਰੈਕਟਰ ਨਾਲ ਹੈਵੀ ਇਹਦੇ ਪਰ ਥੋੜ੍ਹਾ ਜਿਹਾ ਉੱਚ ਵੱਡਾ ਕਰ ਦਿੱਤਾ ਵਾ, ਪਰ ਉੱਚਾਈ 'ਚ ਵੀ ਉੱਚਾ ਕਰ ਦਿੱਤਾ, ਵੈਸੇ ਵੀ ਮੋਟਾਈ 'ਚ ਵੀ ਕਰ ਦਿੱਤਾ, ਲੰਬਾਈ 'ਚ ਵੀ ਕਰ ਦਿੱਤਾ ਹੈ। ਤਗੜਾ ਬੰਨੂ ਇਹਨੂੰ ਕਹਿੰਦੇ ਆ, ਵੱਡੇ 85 ਦਿਮਾਗ ਪਿੱਛੇ ਪਾਓ। ਇਹ ਚੀਜ਼ਾਂ ਵੀ ਇਹਨੂੰ ਬੋੜੀਆਂ ਭਾਰੀਆਂ ਲਾ ਦਿੱਤੀਆਂ ਵਾ। 1,10,000 ਦਾ ਵੀ ਇਹ ਬੰਨੂ ਪਿਆ ਦੇ ਸਾਡੇ ਕੋਲ, ਅਤੇ 85,000 ਦਾ ਵੀ ਪਿਆ, ਕਿਉਂਕਿ ਕਸਟਮਰ ਜੋ ਚੀਜ਼ ਮੰਗਣੀ ਅਸੀਂ ਉਹੀ ਦੇ ਦੇਣੀ ਹੈ। ਇਸੇ ਤਰ੍ਹਾਂ ਅੱਗੇ ਆ ਜਾਓ, ਇਹ ਚੀਜ਼ਾਂ ਨੇ ਇਹ ਤਮਾਮ ਸਾਰੀ ਰੂਟਾਵੀਟਰ ਲੱਗੀ, ਹਰ ਸ਼ਹਿਰ ਦੇ ਅੰਦਰ ਰੂਟਾਵੀਟਰ ਲੱਗੀ ਹੈ। ਰੂਟਾਵੀਟਰ ਅੰਦਰ ਇਸ ਟਾਈਮ ਜਿੰਨੀ ਰੂਟਾਵੇਟ ਕੋਲ ਇਸ ਟਾਈਮ ਤਿਆਰ, ਹਰ ਸ਼ਹਿਰ 'ਚ 36,72 ਵਾਲੇ ਤੱਕ ਰੂਟਾਵੀਟਰ ਪਈ ਹੈ। ਅੰਦਰ ਮੈਂ ਚੈੱਕ ਕਰਾਉਣਾ ਤੁਹਾਨੂੰ, ਇਹ 66 ਵਾਲਾ ਬਾਗ ਵਾਸਤੇ ਵੀ ਅਸੀਂ ਬਣਾਉਣੇ ਸਪੈਸ਼ਲ, ਉਹ ਵੀ ਅੰਦਰ ਲੱਗੀਆਂ ਨੇ। ਇਹ ਰੂਟਾਵੇਟਰ ਉੱਪਰ ਇੱਕ ਛੱਤ ਇਹ ਲੱਗੀ ਭਾਈ, ਇੱਕ ਥੱਲੇ ਅਸੀਂ ਨਵਾਂ ਹੁਣ ਰੂਟਾਵੇਟਰ 2024 ਮਾਡਲ ਤਿਆਰ ਕਰਤਾ, ਮੈਂ ਕਿ ਵੀਡੀਓ ਵਿਖਾ ਦਿੱਤੀ ਹੈ। ਇਹ ਥੱਲੇ ਸਟੀਲ ਦੀ ਚਾਦਰ ਲਾ ਦਿੱਤੀ, ਥੱਲੇ ਹੱਬਾਂ ਨੇ ਵਿੱਚ ਅਸੀਂ ਬੁਸ਼ ਜਿਹੜੇ ਸੀਲਾਂ ਵਿੱਚ ਬੁਸ਼ ਨੇ, ਹੱਬਾਂ ਦੇ ਵਿੱਚ ਸਟੀਲ ਦੇ ਬੁਸ਼ ਲਾ ਦਿੱਤੇ ਨੇ। ਹੱਬ ਵੀ ਅਸੀਂ ਬਹੁਤ, ਦੇਖੋ ਨਾ ਬਾਲੀ ਗੌਰ ਦੇਖੋ, ਹੱਬ ਵੀ ਅਸੀਂ ਬਹੁਤ ਵੱਡੀ ਲਾ ਦਿੱਤੀ ਹੈ। 6214 ਦੇ ਬੈਰੰਗ ਕੱਢ ਕੇ 6313 ਦਾ ਬੈਰੰਗ ਲਾ ਦਿੱਤਾ, ਕਿਤੇ ਵੀ ਜਾ ਕੇ ਅੱਡੇ 'ਤੇ ਬੈਰੰਗ 6313 ਚੈੱਕ ਕਰੋਗੇ ਸਾਈਜ਼ ਦਾ, ਵੇਖੋ ਕਿੰਨਾ ਹੈਵੀ, ਡਬਲ ਡਬਲ ਡਬਲ, ਫਿਰ ਸਿੰਗਲ ਨਹੀਂ ਡਬਲ ਹੈ, ਉੱਧਰ ਵੀ ਡਬਲ ਹੈ, ਇੱਧਰ ਵੀ ਡਬਲ ਹੈ। ਐਕਸਲਾਂ ਦੇ ਵਿੱਚ ਐਕਸਲਾਂ 'ਤੇ ਕਿੱਥੇ ਸੀਲਾਂ ਚੱਲੀਆਂ ਨੇ ਉੱਥੇ ਬੁਸ਼ ਵੀ ਅਸੀਂ ਸਟੀਲ ਲਾ ਦਿੱਤਾ। ਥੱਲੇ ਮੇਨ ਸ਼ਾਵਰ ਦੀ 5 ਸਾਲ ਦੀ ਗਾੜੀ ਗਰੰਟੀ ਆ, ਰੂਟਾਵੇਟ ਦੀ ਧੜਕਣ ਦੀ ਗਰੰਟੀ ਆ, ਵਾਈਬ੍ਰੇਸ਼ਨ ਕਰਨ ਦੀ ਗਰੰਟੀ ਆ, ਸੈਂਟਰ ਗੇਅਰ ਹੈਗਾ। ਇਹ ਛੋਟਾ 5 ਫਾਲਾ ਚੇਦਲ ਪਿਆ ਆ, ਇੱਧਰ 5 ਫਾਲਾ ਛੋਟੇ 240 ਵਾਸਤੇ ਚੇਦਲ ਲੱਗਾ ਆ। ਇਸੇ ਤਰ੍ਹਾਂ ਇਹ ਆਲੂ ਪਲਾਂਟਰ ਆ ਗਿਆ ਸਾਡਾ ਨਸੋਲਾ ਐਗਰੋ ਦਾ, ਅੱਛਾ ਆਲੂ ਪਲਾਂਟਰ ਹੈਗਾ, ਬਿਹਤਰੀਨ ਬਣਿਆ ਆ ਆਲੂ ਪਲਾਂਟਰ ਦੇ ਨਾਲ। ਇਹਦੇ ਅੰਦਰ ਕੇਮ ਸਿਸਟਮ ਵੀ ਲੱਗਾ ਆ ਤਾਂ ਕਿ ਆਲੂ ਨੂੰ ਹਿਲਾਉਂਦਾ ਆਉਂਦਾ। ਇਹਦੇ ਵਿੱਚ ਇਹ ਸਿਸਟਮ ਨਵਾਂ ਕਰ ਦਿੱਤਾ ਕਿ ਇਹਦੇ ਵਿੱਚ ਨਾ ਅੱਗੇ ਆਲੂ ਮੋਟਾ ਆਲੂ ਕਿਹੜਾ ਰਾਸ਼ਨ ਹੁੰਦਾ ਸੀ, ਉਹ ਆਲੂ ਨਹੀਂ ਕੇਰਦਾ ਸੀ, ਉਹਦੇ ਵਾਸਤੇ ਸਾਨੂੰ ਰੇਜਰ ਨਾਲ ਕਰਨਾ ਪੈਂਦਾ ਸੀ। ਇਹ ਕਾਬਲੇ ਲਾ ਕੇ ਐਡਜਸਟ ਕਰਤੀ ਹੈ, ਜਿੰਨੇ ਅਗਾਂਹ ਬਾਹਰ ਖੋਲੋਗੇ ਰਾਸ਼ਨ ਵੀ ਲਾ ਦੇਗਾ, ਨਿੱਕਾ ਬੀ ਵੀ ਲਾਏਗਾ, ਮੋਟਾ ਬਰੀਕ ਤਮਾਮ ਆਲੂ ਲਾਵੇਗਾ। ਇਹ ਨਵਾਂ ਮਾਡਲ ਦੇ ਉੱਤੇ ਇਹ ਦੇਖੋ ਨਾ ਮਿੱਟੀ ਆਉਂਦੀ ਹੈ, ਇਹ ਨਵੇਂ ਮਾਡਲ ਉੱਤੇ ਮੈਂ ਫੱਟਾ ਲਾ ਤਾ ਸੁਹਾਗਾ, ਪਹਿਲੇ ਨਹੀਂ ਲੱਗਾ, ਤੁਸੀਂ ਕਿੰਨੇ ਵੀ ਵੇਖੇ ਨੇ ਚੱਲਦੇ ਉਹਨਾਂ 'ਤੇ ਸੁਹਾਗਾ ਨਹੀਂ ਲੱਗਾ। ਇਹੜੀ ਮਿੱਟੀ ਅਗੋ ਆਉਂਦੀ ਨਾ ਬਹੁਤ ਅਵਰ, ਉਹ ਉੱਤੇ ਚੜ੍ਹਦੀ ਜਾਂਦੀ, ਵਿੱਚ ਡਿੱਗਦੀ ਜਾਂਦੀ ਹੈ, ਤਾਂ ਕਿ ਮਿੱਟੀ ਉਤਾਂ ਆਉਂਦੀ ਹੈ, ਪ੍ਰੈਸ ਇਹ ਉੱਤਲੇ ਪਾਸੇ ਛੱਤ ਵੀ ਪ੍ਰੈਸ ਕਰਦਾ ਹੈਗਾ। ਇਸੇ ਤਰ੍ਹਾਂ 10 ਮਿਲੀ ਦਾ ਪਰਾ ਲੱਗਾ 3.25 ਸੂਤਰ, ਨਿੱਚ ਕਾਬਲਾ ਇਹਨੂੰ 6 ਸੂਤਰ ਲੱਗਾ, ਇੱਕ ਦੇ ਬਜਾਏ 4-4 ਕਾਬਲੇ ਐਡਜਸਟ ਕੀਤੇ ਨੇ, ਇਹ 4-4 ਕਾਬਲੇ ਐਡਜਸਟ ਕੀਤੇ ਨੇ। ਇਹ ਜਿਹੜਾ ਕੋੜ ਹੈਗਾ 1.25 ਇੰਚੀ ਵਲੈਤੀ ਪੱਟੀ 'ਚੋਂ ਲੱਗਾ ਹੋਇਆ, ਕਾਬਲੇ ਵਗੈਰ ਅੱਛੇ ਲੱਗੇ ਨੇ ਇਹ ਚੀਜ਼ਾਂ। ਫਿਰ ਇਹਦੇ ਇਹ ਦੇਖੋ, ਇਹ ਅੰਦਰ ਕੇਮ ਸਿਸਟਮ ਲੱਗਾ ਹੋਇਆ ਤਾਂ ਕਿ ਅੰਦਰ ਆਲੂ ਹਿਲਾਉਂਦਾ ਰਹਿੰਦਾ, ਤਾਂ ਕਿ ਰੁਕਣੇ ਨਹੀਂ ਚਾਹੀਦੇ ਨੇ, ਇਕੱਲਾ ਇਕੱਲਾ ਇੱਕ ਇੱਕ ਆਲੂ ਲਾਉਂਦਾ ਜਾਏਗਾ ਇਨਸ਼ਾਅੱਲਾ ਤਾਲਾ। ਬਹੁਤ ਸ਼ਾਨਦਾਰ ਗਰੰਟੀ ਵਾਲਾ ਸਾਡਾ ਆਲੂ ਪਲਾਂਟਰ ਬਣਿਆ, ਅਤੇ ਇਹਦੇ ਨਾਲ ਅੱਗੇ ਅਸੀਂ ਇੱਕ ਸਪਰੇਅ ਟੈਂਕਰ ਵੀ ਲਾਵਾਂਗੇ।
ਸਪਰੇਅ ਟੈਂਕੀ ਤੁਹਾਨੂੰ ਲਾ ਕੇ ਦਿਆਂਗੇ ਅਗਲੇ ਪਾਸੇ ਤਾਂ ਕਿ ਸਪਰੇਅ ਕਰਦਾ ਹੈਗਾ ਬੀਜ ਉੱਤੇ, ਇੱਥੇ ਸਪਰੇਅ ਟੈਂਕੀ ਲਾ ਕੇ ਦਿਆਂਗੇ ਤਾਂ ਕਿ ਆਲੂ ਨੂੰ ਉੱਤੇ ਸਪਰੇਅ ਵੀ ਨਾਲ ਨਾਲ ਵੱਜਦੀ ਆਵੇਗੀ। ਇਹਦਾ ਰੇਟ ਹੈਗਾ ਤੇ 4,30,000 ਰੁਪਇਆ ਰੇਟ ਦੇ ਸਾਡਾ ਅੱਜ ਦਾ ਮੌਜੂਦਾ ਸਪਰੇਅ ਟੈਂਕੀ ਲਵਾ ਕੇ, ਤੇ ਸਪਰੇਅ ਟੈਂਕੀ ਨਹੀਂ ਲਵਾ ਦੇ ਤਾਂ ਫਿਰ 4,00,000 ਰੁਪਇਆ ਦਾ ਰੇਟ ਹੋਏਗਾ। ਇਸੇ ਤਰ੍ਹਾਂ ਦੇਖੋ ਆਪਾਂ ਮੌਕੇ 'ਤੇ ਆ ਗਏ ਹਾਂ, ਇਹ ਰੂਟਾਵੇਟਰ ਵਿੱਚ ਨਾ ਠੋਕਾਈ ਹੋ ਰਹੀ ਹੈ, ਸਟੀਲ ਦੇ ਐਕਸਲ ਲੱਗੇ ਨੇ, ਬੁਸ਼ ਲੱਗੇ ਨੇ। ਇਹ ਦੇਖੋ ਇਹ ਨਵਾਂ ਮਾਡਲ ਅਸੀਂ ਬਣਾ ਰਿਹਾ, ਇੱਥੇ ਸਿੰਗਲ ਸਾਈਡ 'ਤੇ ਵੀ ਅਸੀਂ ਚੂੜੀ ਪਾ ਦਿੱਤੀ ਹੈ, ਇੱਧਰ ਗੇਅਰ ਨਹੀਂ ਲੱਗਣਾ, ਉੱਧਰ ਵੀ ਇਹ ਸਟੀਲ ਦਾ ਬੁਸ਼ ਲੱਗ ਗਿਆ, ਸਟੂਜਾ ਲੱਗ ਗਿਆ, ਇੱਧਰ ਆਓ ਜੀ। ਇਹ ਦੇਖੋ ਇੱਥੇ ਸੀਲਾਂ ਚੱਲੀਆਂ ਨੇ, ਉੱਥੇ ਸਟੀਲ ਦਾ ਬੁਸ਼ ਲੱਗਾ ਹੋਇਆ ਤਾਂ ਕਿ ਉੱਪਰ ਸਟੀਲ ਦਾ ਬੁਸ਼ ਚਾੜ ਦਿੱਤਾ, ਤਾਂ ਕਿ ਇਹ ਬੈਰੰਗ ਸਾਹਿਬ ਵੱਡਾ। ਦੇਖੋ ਮੈਂ ਦਿਖਾ ਰਿਹਾ ਸਾ ਕਿ ਸੀਲਾਂ ਹੱਬਾਂ ਹੈਵੀ ਲੱਗੀਆਂ ਹੋਈਆਂ ਨੇ, ਇਹ ਦਿਖਾਓ ਜੀ ਇਹ ਬੈਰੰਗ ਸਾਹਿਬ ਤੋਂ ਦਿਖਾਓ, ਅਤੇ ਅਲਟਰ ਦੀ ਫਿਟਿੰਗ ਹੋ ਰਹੀ ਹੈ। ਇਹ ਦੇਖੋ ਬੈਰੰਗ ਵਿੱਚ ਬਹੁਤ ਬੜਾ ਬੈਰੰਗ ਪਾ ਦਿੱਤਾ ਵਾ, ਤਾਂ ਕਿ ਛੋਟਾ ਬੈਰੰਗ ਪਾ ਦਿੱਤਾ, ਇੱਕ ਦੇ ਦੋ ਬੈਰੰਗ ਲੱਗੇ ਹੋਏ ਨੇ।